ਸਾਹਿਬ ਜੀ ਮਹਾਰਾਜ ਆਪਣੇ ਸਿੰਘਾਂ ਦਾ ਜਿਗਰਾ ਪਰਖਦੇ ਆ, ਆਪਣੇ ਸਿੰਘਾਂ ਦੀ ਦਲੇਰੀ ਪਰਖਦੇ ਆ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁੱਛਦੇ ਆ ਕਿ ਜੇ ਚਾਰੋਂ ਪਾਸੋਂ ਫੌਜਾਂ ਨੇ ਘੇਰਿਆ ਤਾਂ ਕੀ ਕੀਤਾ ਜਾਣਾ ਚਾਹੀਦਾ? ਤਾਂ ਸਿੰਘ ਸਤਿਗੁਰ ਜੀ ਨੂੰ ਬੜਾ ਖੂਬਸੂਰਤ ਜਵਾਬ ਦਿੰਦਾ ਕਿ ਮਹਾਰਾਜ ਕੀਤਾ ਕੀ ਜਾਣਾ ਚਾਹੀਦਾ, ਤੁਸੀਂ ਮਿਹਰ ਭਰਿਆ ਹੱਥ ਮੇਰੇ ਸਿਰ 'ਤੇ ਰੱਖੋ, ਮੈਂ ਇਕੱਲਾ ਹੀ ਇਹਨਾਂ ਸਾਰੇ ਵੈਰੀਆਂ ਦਾ ਸਿਰ ਵੱਢ ਕੇ ਬਰਸੇ ਉੱਪਰ ਟੰਗ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿਆਂ। ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਵਾਜ਼ ਮਾਰ ਕੇ ਕਹਿੰਦੇ ਆ ਕਿ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ। ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਆ ਕਿ ਸਿੰਘ ਸਾਹਿਬ ਜੀ ਬੇਸ਼ੱਕ ਸਾਨੂੰ ਕਿਰਪਾਨ ਦੀ ਜਿਹੜੀ ਧਾਰ ਤਲਵਾਰ ਦੀ ਧਾਰ ਨਹੀਂ ਚਲਾਉਣੀ ਆਉਂਦੀ, ਪਰ ਇਸ ਧਾਰ ਦੇ ਅੱਗੇ ਸਿਰ ਰੱਖ ਕੇ ਸ਼ਹੀਦੀਆਂ ਪਾਉਣਾ ਬਾਖੂਬੀ ਅਸੀਂ ਗੁਰੂ ਤੇਗ ਬਹਾਦਰ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਸਿੱਖਿਆ। ਸਤਪੋਹ ਦਾ ਦਿਨ ਬੀਤਦਾ, ਰਾਤ ਹੋ ਕੇ ਹੁਣ ਅੱਠ ਪੋਹ ਦਾ ਦਿਨ ਚੜ੍ਹਦਾ ਹੈ। ਕੁਝ ਸਿੰਘ ਜਿਹੜੇ ਇਸ ਗੜੀ ਦਾ ਪਹਿਰਾ ਕਰ ਰਹੇ ਹਨ, ਬਾਕੀ ਸਿੰਘ ਜਿਹੜੇ ਆਪਣੀਆਂ ਤਿਆਰੀਆਂ ਕਰਦੇ ਹਨ। ਇਤਨੇ ਵਿੱਚ ਪਹਿਰਾ ਦੇਣ ਵਾਲੇ ਜਿਹੜੇ ਸਿੰਘ ਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਪੁੱਜਦੇ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਖਬਰ ਦਿੰਦੇ ਹਨ ਕਿ ਪਾਤਸ਼ਾਹ ਜਿੱਥੇ ਇਸ ਗੜੀ ਨੂੰ ਚਾਰੋਂ ਪਾਸੋਂ ਪੋਹ ਦੀ ਧੁੰਦ ਨੇ ਘੇਰਿਆ ਹੋਇਆ ਹੈ, ਉੱਥੇ ਨਾਲ ਹੀ ਚਾਰੋਂ ਪਾਸੋਂ ਦੁਸ਼ਮਣ ਦੀਆਂ ਫੌਜਾਂ ਨੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਇਸ ਗੜੀ ਨੂੰ ਘੇਰ ਕੇ ਰੱਖਿਆ ਹੋਇਆ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਸਿੰਘਾਂ ਦਾ ਜਿਗਰਾ ਪਰਖਦੇ ਆ, ਆਪਣੇ ਸਿੰਘਾਂ ਦੀ ਦਲੇਰੀ ਪਰਖਦੇ ਆ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੁੱਛਦੇ ਆ ਕਿ ਜੇ ਚਾਰੋਂ ਪਾਸੋਂ ਫੌਜਾਂ ਨੇ ਘੇਰਿਆ ਤਾਂ ਕੀ ਕੀਤਾ ਜਾਣਾ ਚਾਹੀਦਾ? ਤਾਂ ਸਿੰਘ ਸਤਿਗੁਰ ਜੀ ਨੂੰ ਬੜਾ ਖੂਬਸੂਰਤ ਜਵਾਬ ਦਿੰਦਾ ਕਿ ਮਹਾਰਾਜ ਕੀਤਾ ਕੀ ਜਾਣਾ ਚਾਹੀਦਾ, ਤੁਸੀਂ ਮਿਹਰ ਭਰਿਆ ਹੱਥ ਮੇਰੇ ਸਿਰ 'ਤੇ ਰੱਖੋ, ਮੈਂ ਇਕੱਲਾ ਹੀ ਇਹਨਾਂ ਸਾਰੇ ਵੈਰੀਆਂ ਦਾ ਸਿਰ ਵੱਢ ਕੇ ਬਰਸੇ ਉੱਪਰ ਟੰਗ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿਆਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੜੇ ਉਹਨਾਂ ਦੇ ਜਵਾਬ ਤੋਂ ਖੁਸ਼ ਹੁੰਦੇ ਨੇ, ਸਤਿਗੁਰੂ ਜੀ ਉਹਨਾਂ ਦੀ ਦਲੇਰੀ ਤੋਂ ਉਹਨਾਂ ਦੇ ਜਿਗਰੇ ਤੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਹੁਤ ਖੁਸ਼ ਹੁੰਦੇ ਆ। ਇਤਨੇ ਵਿੱਚ ਦਿਨ ਚੜ੍ਹਦਾ, ਚਾਰੋਂ ਪਾਸੋਂ ਇਸ ਗੜੀ ਦੇ ਧੁੰਦ ਹੀ ਧੁੰਦ ਹੈ, ਜਿੱਥੇ ਧੁੰਦ ਹੈ ਕੋਹਰਾ ਹੈ, ਉੱਥੇ ਨਾਲ ਚਾਰੋਂ ਪਾਸੋਂ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਦੁਸ਼ਮਣ ਦੀਆਂ ਫੌਜਾਂ ਨੇ ਘੇਰਿਆ ਹੋਇਆ। ਇਤਿਹਾਸਿਕ ਸਰੋਤ ਦੱਸਦੇ ਹਨ ਕਿ ਦਿੱਲੀ ਤੋਂ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਫੜਨ ਵਾਸਤੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਜੰਗ ਕਰਨ ਵਾਸਤੇ 10 ਲੱਖ ਫੌਜਾਂ ਜਿਹੜੀਆਂ ਨੇ ਉਹ ਦਿੱਲੀ ਦੇ ਹੀ ਇੱਥੇ ਜਿਹੜੀਆਂ ਨੇ ਉਹਨਾਂ ਦੀ ਮਦਦ ਦੇ ਲਈ ਭੇਜੀਆਂ ਹਨ। ਜਿਹੜੇ ਇੱਥੋਂ ਦੇ 22 ਧਾਰ ਦੇ ਰਾਜੇ ਹਨ ਜਾਂ ਪਹਾੜੀ ਰਾਜੇ ਹਨ, ਇਹਨਾਂ ਦੀ ਮਦਦ ਦੇ ਲਈ 10 ਲੱਖ ਫੌਜਾਂ ਜਿਹੜੀਆਂ ਨੇ ਉਹ ਦਿੱਲੀ ਤੋਂ ਹੀ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਫੜਨ ਵਾਸਤੇ ਭੇਜੀਆਂ ਹਨ। ਸੋ ਦਿਨ ਚੜ੍ਹਦਾ, ਸਾਰੇ ਸਿੰਘ ਇਕੱਠੇ ਹੋ ਕਰਕੇ ਗੁਰੂ ਪਾਤਸ਼ਾਹ ਜੀ ਕੋਲ ਰੁਕਦੇ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਜੰਗ ਦੇ ਲਈ ਵਿਉਂਤਬੰਦੀ ਕਰਦੇ ਹੈ ਕਿ 5-5 ਦਾ ਜਿਹੜਾ ਜਥਾ ਹੈ ਉਹ ਇਸ ਗੜੀ ਦੇ ਦਰਵਾਜ਼ੇ ਨੂੰ ਖੋਲ੍ਹ ਕੇ ਮੈਦਾਨੇ ਜੰਗ ਵਿੱਚ ਜਾ ਕਰਕੇ ਉਹ ਜਿਹੜਾ ਉਹ ਜੂਝੇਗਾ, ਜੰਗ ਕਰੇਗਾ ਅਤੇ ਸ਼ਹਾਦਤਾਂ ਪਾਏਗਾ। ਇਸੇ ਤਰ੍ਹਾਂ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਜਾਂਦਾ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਸਾਰੇ ਸਿੰਘ ਜਿਹੜੇ ਹੈ ਉਹ ਬੜੀ ਚੜ੍ਹਦੀ ਕਲਾ ਦੇ ਨਾਲ ਖੜ੍ਹੇ ਹੈ। ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਵਾਜ਼ ਮਾਰ ਕੇ ਕਹਿੰਦੇ ਆ ਕਿ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ।
ਸਤਿਗੁਰੂ ਜੀ ਉਹਨਾਂ ਦੇ ਵਿੱਚ ਸਪਿਰਿਟ ਭਰਦੇ ਹੈ, ਉਹਨਾਂ ਨੂੰ ਸਤਿਗੁਰੂ ਜੀ ਆਤਮਿਕ ਬਲ ਦਿੰਦੇ ਹੈ, ਉਹਨਾਂ ਨੂੰ ਸਤਿਗੁਰੂ ਜੀ ਸਰੀਰਕ ਬਲ ਦਿੰਦੇ ਹੈ, ਉਹਨਾਂ ਦੇ ਅੰਦਰ ਸਤਿਗੁਰੂ ਜੀ ਜਗਿਆਸਾ ਜਗਾਉਂਦੇ ਹੈ ਕਿ ਸੂਰਮਾ ਉਹੀ ਅਸਲ ਹੈ ਜਿਹੜਾ ਸਾਹਮਣੇ ਵੈਰੀਆਂ ਦੀ ਗਿਣਤੀ ਨੂੰ ਨਾ ਗਿਣਦਾ ਹੋਇਆ ਆਪਣੇ ਪ੍ਰਾਣ ਜਿਹੜੇ ਆਪਣੀ ਜਾਨ ਜਿਹੜੀ ਉਹ ਆਪਣੇ ਧਰਮ ਦੇ ਲਈ ਆਪਣੇ ਪੰਥ ਦੇ ਲਈ ਕੁਰਬਾਨ ਕਰਦਾ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਹਨਾਂ ਬਚਨਾਂ ਨੂੰ, ਇਹਨਾਂ ਨੂੰ ਵੀਰ ਰਸਾਂ ਭਰੇ ਬਚਨਾਂ ਨੂੰ ਸਤਿਗੁਰੂ ਜੀ ਦੇ ਸੁਣ ਕੇ ਸਿੰਘਾਂ ਨੇ ਆਪਣੇ ਅੰਦਰ ਜਿਹੜੀ ਦਲੇਰੀ ਹੈ ਉਹ ਪ੍ਰਗਟ ਕੀਤੀ। ਪਹਿਲਾਂ ਹੀ ਬੜੇ ਬਾਖੂਬ ਦਲੇਰੀ ਦੇ ਨਾਲ ਲੜਦੇ ਆ ਰਹੇ ਹੈ, ਹੁਣ ਹੋਰ ਅੰਦਰ ਸਤਿਗੁਰੂ ਜੀ ਦੀ ਦਿੱਤੀ ਹੋਈ ਇਹ ਮਾਣ ਦੀ ਦਲੇਰੀ ਜਿਹੜੀ ਆ ਉਹ ਹੋਰ ਉਹਨਾਂ ਦੇ ਅੰਦਰ ਬਲ ਵਧਾਉਂਦੀ ਹੈ। ਸੋ ਪੰਜ ਪੰਜ ਦੇ ਜਥੇ ਜਿਹੜੇ ਹੈ ਉਹ ਇਸ ਗੜੀ ਦੇ ਵਿੱਚੋਂ ਨਿਕਲਣੇ ਆਰੰਭ ਹੁੰਦੇ ਹੈ। ਪੰਜ ਸਿੰਘਾਂ ਦਾ ਇੱਕ ਜਥਾ ਇਸ ਗੜੀ ਨੂੰ ਛੱਡ ਕੇ ਦਰਵਾਜ਼ਾ ਖੋਲ੍ਹ ਕੇ ਨਿਕਲਦਾ ਹੈ, ਬੜੀ ਦਲੇਰੀ ਨਾਲ ਲੜਦੇ ਹੈ, ਚੜ੍ਹਦੀ ਕਲਾ ਦੇ ਨਾਲ ਲੜਦੇ ਹੈ। ਕੁਝ ਜਥੇ ਜਾਂਦੇ ਹੈ ਅਤੇ ਇਹਨਾਂ ਜਥਿਆਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਫਰਜ਼ੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ ਉਹ ਜਿਹੜੇ ਹੈ ਉਹ ਆਪਣੀ ਤਿਆਰੀ ਇਸ ਜੰਗ ਦੇ ਲਈ ਕਰਦੇ ਹੈ। ਭਾਈ ਦਇਆ ਸਿੰਘ ਜੀ ਅਤੇ ਹੋਰ ਸਿੰਘ ਜਦੋਂ ਉਹਨਾਂ ਦੀ ਤਿਆਰੀ ਦੇਖਦੇ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਜਾ ਕਰਕੇ ਬੇਨਤੀ ਕਰਦੇ ਹੈ ਕਿ ਸੱਚੇ ਪਾਤਸ਼ਾਹ ਜੀ, ਜੇ ਤੁਹਾਡੀ ਆਗਿਆ ਹੋਵੇ, ਤੁਹਾਡੇ ਹੁਕਮ ਸਦਕਾ ਤੁਹਾਡੇ ਦੋਨਾਂ ਹੀ ਬੱਚਿਆਂ ਨੂੰ ਇਸ ਮੈਦਾਨੇ ਜੰਗ ਤੋਂ ਦੂਰ ਕਿਸੇ ਮਹਿਫੂਜ਼ ਥਾਂ 'ਤੇ ਜਿਹੜਾ ਉਹ ਪਹੁੰਚਾ ਦਿੱਤਾ ਜਾਏਗਾ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਨਾਂ ਦੇ ਕੀਤੇ ਹੋਏ ਸਵਾਲ ਦਾ ਕੋਈ ਜਵਾਬ ਨਹੀਂ ਦਿੰਦੇ। ਇਤਨੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਆਪਣੀ ਤਿਆਰੀ ਕਰਕੇ ਜਿਹੜੇ ਹੈ ਉਹ ਪੁੱਜ ਜਾਂਦੇ ਹੈ। ਸਤਿਗੁਰੂ ਜੀ ਕੋਲ ਆ ਕਰਕੇ ਇਸ ਮੈਦਾਨੇ ਜੰਗ ਵਿੱਚ ਉਤਰਨ ਦੇ ਲਈ ਆਗਿਆ ਮੰਗਦੇ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਆਏ ਹੋਏ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਮੋਢੇ ਉੱਤੇ ਸਤਿਗੁਰੂ ਜੀ ਹੱਥ ਰੱਖ ਕੇ ਬੜੇ ਮਾਣ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਤੁਹਾਡੇ ਦੇ ਉੱਤੇ ਮੈਨੂੰ ਪੂਰੀ ਆਸ ਸੀ, ਤੁਹਾਡੇ ਉੱਤੇ ਪੂਰਨ ਤੌਰ 'ਤੇ ਮਾਣ ਸੀ ਕਿ ਤੁਸੀਂ ਆਪ ਤਿਆਰੀ ਸਹਿਤ ਆਗਿਆ ਲੈਣ ਲਈ ਜੰਗ ਵਿੱਚ ਜਾਣ ਲਈ ਸਾਡੇ ਕੋਲ ਜ਼ਰੂਰ ਪੁੱਜੋਗੇ। ਸਤਿਗੁਰੂ ਜੀ ਉਹਨਾਂ ਨੂੰ ਪਿਆਰ ਦਿੰਦੇ ਹੈ, ਦਲੇਰੀ ਦਿੰਦੇ ਹੈ। ਸਤਿਗੁਰੂ ਜੀ ਉਹਨਾਂ ਨੂੰ ਘੋੜੇ ਉੱਪਰ ਬਿਠਾ ਕਰਕੇ ਜੈਕਾਰਾ ਲਾ ਕਰਕੇ ਇਸ ਗੜੀ ਦੇ ਵਿੱਚੋਂ ਬਾਹਰ ਕੱਢਦੇ ਹੈ। ਬਾਬਾ ਅਜੀਤ ਸਿੰਘ ਸਾਹਿਬ ਜੀ ਜਦੋਂ ਇਸ ਮੈਦਾਨੇ ਜੰਗ ਦੇ ਵਿੱਚ ਉਤਰਦੇ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੇ ਫਰਜ਼ੰਦ ਇਤਨੀ ਦਲੇਰੀ ਇਤਨੀ ਬਹਾਦਰੀ ਦੇ ਨਾਲ ਲੜਦੇ, ਇਤਨੀ ਫੁਰਤੀ ਦੇ ਨਾਲ ਲੜਦੇ ਹੈ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਿਹਰੇ ਨਹੀਂ ਦਰਸ਼ਨ ਕੀਤੇ, ਮਹਾਰਾਜ ਸਾਹਿਬ ਜੀ ਦਾ ਚਿਹਰਾ ਨਹੀਂ ਵੇਖਿਆ, ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਾਇਦ ਆਪ ਹੁਣ ਇਸ ਮੈਦਾਨੇ ਜੰਗ ਵਿੱਚ ਉਤਰ ਆਏ ਹੈ। ਕਿਉਂਕਿ ਜਿਤਨੀ ਤੇਜ਼ੀ ਜਿਤਨੀ ਬਹਾਦਰੀ ਜਿਤਨੇ ਵੀਰ ਰਸ ਦੇ ਨਾਲ ਬਾਬਾ ਅਜੀਤ ਸਿੰਘ ਲੜੇ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਤਨੀ ਦਲੇਰੀ ਨਾਲ ਲੜ ਸਕਦਾ, ਹੋਰ ਕੋਈ ਵੀ ਇਤਨਾ ਬਲ ਨਹੀਂ ਰੱਖਦਾ। ਸੋ ਬਾਬਾ ਅਜੀਤ ਸਿੰਘ ਜੀ ਦਾ ਜਥਾ ਜਿਹੜਾ ਹੈ ਉਹ ਬੜੀ ਦਲੇਰੀ ਨਾਲ ਲੜਦਾ ਹੋਇਆ ਸ਼ਹਾਦਤਾਂ ਦੇ ਕੰਢੇ ਪੁੱਜਦਾ ਹੈ। ਇੱਕ ਰਾਈਟਰ ਨੇ ਇੱਥੋਂ ਤੱਕ ਵੀ ਲਿਖਿਆ ਕਿ 19 ਸਾਲਾਂ ਦੇ ਸਰੀਰ ਦੇ ਉੱਤੇ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਉੱਤੇ 319 ਫੱਟ ਜਿਹੜੇ ਆ ਉਹ ਲੱਗਦੇ ਹੈ, ਕਾਲਪਨਿਕ ਹੈ, ਉਹਨਾਂ ਦਾ ਅੰਦਰ ਦਾ ਵਲਵਲ ਹੈ, ਪਰ ਹੈ ਬੜਾ ਖੂਬਸੂਰਤ ਕਿ 19 ਸਾਲਾਂ ਦਾ ਸਰੀਰ ਜਿਹੜਾ ਹੈ, 19 ਸਾਲਾਂ ਦਾ ਗੱਭਰੂ ਪੁੱਤ ਜਿਹੜਾ ਹੈ ਆਪਣੇ ਪਿਤਾ ਤੋਂ ਆਗਿਆ ਲੈ ਕਰਕੇ ਆਪਣੀ ਜਾਨ ਕੁਰਬਾਨ ਕਰਨ ਦੇ ਲਈ ਤੁਰੇ। ਸੋ ਇਸ ਤਰ੍ਹਾਂ ਇੱਕ ਇੱਕ ਕਰਕੇ ਜਥੇ ਜਿਹੜੇ ਆ ਗੜੀ ਦੇ ਵਿੱਚੋਂ ਰਵਾਨਾ ਹੁੰਦੇ ਆ, ਸ਼ਹਾਦਤਾਂ ਪਾਉਂਦੇ ਆ। ਕੁਝ ਜਥਿਆਂ ਦੇ ਜਾਣ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੂਜੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਉਹ ਆਪਣੀ ਤਿਆਰੀ ਕਰਦੇ ਆ। ਭਾਈ ਦਇਆ ਸਿੰਘ ਜੀ ਦੀ ਧਾਰ ਨਿਕਲ ਜਾਂਦੀ ਹੈ ਜਦੋਂ ਉਹ ਬਾਬਾ ਜੁਝਾਰ ਸਿੰਘ ਜੀ ਜਦ ਤਿਆਰੀ ਕਰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਕੋਲ ਆ ਕਰਕੇ ਭਾਈ ਦਇਆ ਸਿੰਘ ਬੇਨਤੀ ਕਰਦੇ ਆ ਕਿ ਇਹਨਾਂ ਕੋਲ ਹੱਲੇ ਇਤਨਾ ਸਰੀਰ ਵੱਡਾ ਨਹੀਂ ਹੈ, ਕਿਉਂਕਿ ਉਸ ਵਕਤ ਜਿਹੜੇ ਮੁਗਲਾਂ ਨਾਲ ਲੜਾਈ ਹੈ, ਜਿਨ੍ਹਾਂ ਨਾਲ ਜੰਗ ਲੜਨੀ, ਉਹਨਾਂ ਦੇ ਆਕਾਰ ਸਰੀਰਾਂ ਦੇ ਬਹੁਤ ਵੱਡੇ ਹਨ।
ਸੋ ਬਾਬਾ ਜੁਝਾਰ ਸਿੰਘ ਜੀ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਜਾ ਕਰਕੇ ਭਾਈ ਦਇਆ ਸਿੰਘ ਜੀ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਹੱਲੇ ਤੇ ਤਲਵਾਰ ਦੀ ਜਿਹੜੀ ਧਾਰ ਵੀ ਆ ਉਹ ਨਹੀਂ ਚਲਾਉਣੀ ਆਉਂਦੀ। ਤਾਂ ਇਤਨੇ ਵਿੱਚ ਬਾਬਾ ਜੁਝਾਰ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਪੁੱਜਦੇ ਆ। ਜਦੋਂ ਇਹ ਗੱਲ ਸੁਣਦੇ ਆ ਕਿ ਇਹਨਾਂ ਨੂੰ ਤਾਂ ਹੱਲੇ ਧਾਰ ਕਿਰਪਾਨ ਜਿਹੜੀ ਉਹ ਵੀ ਨਹੀਂ ਚਲਾਉਣੀ ਆਉਂਦੀ, ਅਤੇ ਬੜੇ ਵੀਰ ਰਸ ਵਿੱਚ ਆ ਕਰਕੇ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਆ ਕਿ ਸਿੰਘ ਸਾਹਿਬ ਜੀ ਬੇਸ਼ੱਕ ਸਾਨੂੰ ਕਿਰਪਾਨ ਦੀ ਜਿਹੜੀ ਧਾਰ ਤਲਵਾਰ ਦੀ ਧਾਰ ਨਹੀਂ ਚਲਾਉਣੀ ਆਉਂਦੀ, ਪਰ ਇਸ ਧਾਰ ਦੇ ਅੱਗੇ ਸਿਰ ਰੱਖ ਕੇ ਸ਼ਹੀਦੀਆਂ ਪਾਉਣਾ ਬਾਖੂਬੀ ਅਸੀਂ ਗੁਰੂ ਤੇਗ ਬਹਾਦਰ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਸਿੱਖਿਆ। ਸਾਡੇ ਗੁਰੂ ਤੇਗ ਬਹਾਦਰ ਦਾਦਾ ਪਿਤਾ ਜੀ ਨੇ ਸਾਨੂੰ ਦੱਸਿਆ ਕਿ ਇਸ ਤੇਗ ਦੀ ਧਾਰ ਦੇ ਅੱਗੇ ਕਿਸ ਤਰ੍ਹਾਂ ਸੀਸ ਰੱਖ ਕਰਕੇ ਬਲੀਦਾਨ ਜਿਹੜਾ ਦਿੱਤਾ ਜਾਣਾ ਹੈ, ਸ਼ਹਾਦਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣੀਆਂ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਜਵਾਬ 'ਤੇ ਵੀ ਬੜੇ ਖੁਸ਼ ਹੁੰਦੇ ਆ, ਉਹਨਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਮਹਾਰਾਜ ਜੀ ਆਪਣੇ ਕਮਰਕੱਸੇ ਵਿੱਚੋਂ ਇੱਕ ਸ਼ਸਤਰ ਜਿਹੜਾ ਉਹ ਬਾਬਾ ਜੁਝਾਰ ਸਿੰਘ ਜੀ ਦੇ ਕਮਰਕੱਸੇ ਵਿੱਚ ਲਾਉਂਦੇ ਹੈ, ਘੋੜੇ ਉੱਤੇ ਬਿਠਾ ਕਰਕੇ ਜਕਾਰਾ ਲਾ ਕਰਕੇ ਗੜੀ ਦਾ ਦਰਵਾਜ਼ਾ ਆਪ ਸਤਿਗੁਰੂ ਜੀ ਖੋਲ੍ਹਦੇ ਹੈ। ਖੋਲ੍ਹ ਕਰਕੇ ਇਸ ਗੜੀ ਦੇ ਵਿੱਚੋਂ ਬਾਬਾ ਜੁਝਾਰ ਸਿੰਘ ਨੂੰ ਬਾਹਰ ਕੱਢਿਆ ਜਾਂਦਾ ਹੈ। ਉਸੇ ਦਲੇਰੀ ਦੇ ਨਾਲ, ਉਸੇ ਹੀ ਬਹਾਦਰੀ ਦੇ ਨਾਲ ਬਾਬਾ ਜੁਝਾਰ ਸਿੰਘ ਜੀ ਲੜਦੇ ਹੈ। ਬਹੁਤ ਵੈਰੀਆਂ ਦੇ ਨਾਲ ਘਿਰ ਜਾਣ ਤੋਂ ਬਾਅਦ ਇੱਕ ਅਣੀ ਵਾਲਾ ਬਰਛਾ ਜਿਹੜਾ ਉਹ ਬਾਬਾ ਜੁਝਾਰ ਸਿੰਘ ਜੀ ਦੇ ਵੱਜਦਾ, ਜਿਹਦੇ ਨਾਲ ਬਾਬਾ ਜੁਝਾਰ ਸਿੰਘ ਸਾਹਿਬ ਜੀ ਦੀ ਜਿਹੜੀ ਆ ਉਹ ਸ਼ਹਾਦਤ ਹੁੰਦੀ ਹੈ। ਇੱਕ ਇੱਕ ਕਰਕੇ ਹੁਣ ਸਾਰੇ ਜਿਹੜੇ ਸਿੰਘ ਹੈ ਉਹ ਇਸ ਮੈਦਾਨੇ ਜੰਗ ਵਿੱਚ ਉਤਰ ਰਹੇ ਹੈ। ਹੁਣ ਇਹ 8 ਪੋਹ ਦੀ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਦਾ ਜਿਹੜਾ ਸਮਾਂ ਉਹ ਬੀਤ ਚੁੱਕਿਆ, ਜਿਹਦੇ ਵਿੱਚ ਤਕਰੀਬਨ ਬਹੁਤੇ ਸਿੰਘ ਜਿਹੜੇ ਹੈ ਉਹ ਸ਼ਹਾਦਤਾਂ ਪਾ ਚੁੱਕੇ ਹਨ। ਸੋ ਅੱਗੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਤਿਆਰੀ ਕਰਦੇ ਹੈ। ਆਪਣੀ ਤਿਆਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਮੈਦਾਨੇ ਜੰਗ ਵਿੱਚ ਉਤਰਨ ਦੇ ਲਈ ਆਪਣੀ ਪੂਰਨ ਤੌਰ 'ਤੇ ਤਿਆਰੀ ਕਰਦੇ ਹੈ, ਅਤੇ ਸਿੰਘ ਜਿਹੜੇ ਆ ਉਹ ਸਤਿਗੁਰੂ ਜੀ ਦੀ ਤਿਆਰੀ ਨੂੰ ਵੇਖ ਕਰਕੇ ਚਿੰਤਾਗ੍ਰਸਤ ਹੋ ਜਾਂਦੇ ਹੈ। ਉਹਨਾਂ ਦੇ ਮਨਾਂ ਵਿੱਚ ਇੱਕੋ ਹੀ ਇੱਕ ਖਿਆਲ ਹੈ ਕਿ ਜੇ ਇਸ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਉਤਰਨਗੇ ਤਾਂ ਪੰਥ ਨੂੰ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਉਹ ਪੈਣਾ ਹੈ। ਇਸ ਕਰਕੇ ਸਤਿਗੁਰੂ ਜੀ ਨੂੰ ਇਸ ਗੜੀ ਦੀ ਜੰਗ ਵਿੱਚ ਉਤਰਨ ਤੋਂ ਰੋਕਿਆ ਜਾਵੇ। ਸਾਹਿਬ ਜੀ ਕੋਲ ਜਾ ਕੇ ਸਿੰਘ ਜਿਹੜੇ ਆ ਉਹਨਾਂ ਨੂੰ ਰੋਕਦੇ ਹੈ, ਪਰ ਮਹਾਰਾਜ ਉਹਨਾਂ ਦੀ ਸੁਣੀ ਅਣਸੁਣੀ ਕਰ ਦਿੰਦੇ ਹੈ, ਆਪਣੀ ਤਿਆਰੀ ਜਿਹੜੀ ਆ ਉਹ ਕਰਦੇ ਆ। ਕਿਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤਿਆਰੀ ਕਰਦੇ ਹੈ, ਅਤੇ ਫਿਰ ਕਿਸ ਤਰ੍ਹਾਂ ਪੰਥ ਸਤਿਗੁਰੂ ਜੀ ਨੂੰ ਆਦੇਸ਼ ਕਰਦਾ ਹੈ, ਇਹ 8 ਪੋਹ ਦੀ ਰਾਤ ਦਾ ਇਤਿਹਾਸ ਹੈ ਜੀ।